ਸਾਹਿਬ ਦਾ ਸ਼ੁਕਰਾਨਾ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦਾ ਸ਼ੁਕਰਾਨਾ ਜਿਹਨਾਂ ਦੀ ਰਹਿਮਤ ਬਖਸ਼ਿਸ਼ ਸਦਕਾ ਇਹ ਮਾਨ ਇੱਕ ਵਾਰ ਫਿਰ ਮਿਲ ਰਿਹਾ। ਮੈਂ ਕੋਟਾਨਕੋਟ ਧੰਨਵਾਦ ਤੇ ਮੋਦੀ ਸਾਹਿਬ ਦਾ ਸ਼ੁਕਰਾਨਾ ਜਿਨ੍ਹਾਂ ਨੇ ਆਪਣੀ ਟੀਮ ਵਿੱਚ ਇੱਕ ਵਾਰ ਫਿਰ ਸ਼ਾਮਿਲ ਕਰਨ ਦਾ ਫੈਸਲਾ ਕੀਤਾ। ਪਹਿਲਾਂ ਵੀ ਸੇਵਾ ਨਿਭਾ ਚੁੱਕੇ ਹੋ ਇੱਕ ਮੰਤਰੀ ਦੇ ਤੌਰ ਤੇ, ਇੱਕ ਵਾਰ ਫਿਰ ਸੇਵਾ ਦਾ ਮੌਕਾ ਦਿੱਤਾ ਜਾ ਰਿਹਾ, ਕਿੰਨੀ ਇੱਕ ਵੱਡੀ ਖੁਸ਼ੀ ਇੱਕ ਮਹਿਲਾ ਹੋਣ ਦੇ ਨਾਤੇ। ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਇਹ ਸਭ ਗੁਰੂ ਸਾਹਿਬ ਦੀ ਰਹਿਮਤਾਂ ਨੇ ਜਿਨ੍ਹਾਂ ਨੇ ਸਦਾ ਹੀ ਇਸ ਨਿਮਾਣੇ ਨੂੰ ਇਹੋ ਜਿਹੀ ਚੀਜ਼ਾਂ ਨਾਲ ਨਿਵਾਜਿਆ ਹੈ। ਕੋਟਾਨਕੋਟ ਧੰਨਵਾਦ ਉਹਨਾਂ ਦੇ ਚਰਨਾਂ 'ਚ ਅਤੇ ਅਰਦਾਸ ਬੇਨਤੀ ਵੀ ਕਿ ਜਿਹੜੀ ਵੀ ਜ਼ਿੰਮੇਵਾਰੀ ਦੇਣ ਉਹ ਆਪ ਹੀ ਆਪੇ ਸੇਵਾ ਲੈਣ, ਆਪੇ ਬਖਸ਼ ਕਰੇ, ਇਹੋ ਜਿਹੀ ਸੇਵਾ ਲੈ ਲੈਣ ਜਿਹਦੇ ਨਾਲ ਆਪਣੇ ਸੂਬੇ ਵਾਸਤੇ ਅਤੇ ਆਪਣੇ ਲੋਕਾਂ ਵਾਸਤੇ ਮੈਂ ਕੁਝ ਕਰ ਸਕਾਂ। ਦੂਜੀ ਪਾਰੀ ਸ਼ੁਰੂ ਹੋਣ ਜਾ ਰਹੀ ਹੈ, ਲੋਕਾਂ ਨੂੰ ਬਹੁਤ ਦੱਸ ਰਿਹਾ 1984 ਸਿੱਖ ਕਤਲੇਆਮ ਦੇ ਦੋਸ਼ੀ ਵਾਲੇ ਬਾਹਰ ਨੇ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਬੜੀ ਸੰਗਤ 'ਚ ਖੁਸ਼ੀ ਹੈ, ਕੀ ਲੱਗਦਾ ਹੈ ਦੋਵੇਂ ਕੰਮ ਨੇਪੇ ਚੜ੍ਹਨਗੇ ਇਸ ਵਾਰ? ਬਿਲਕੁਲ, ਪਰਮਾਤਮਾ ਦੀ ਰਹਿਮਤ ਦੇ ਨਾਲ ਪਿਛਲੇ 5 ਸਾਲ ਇਹਨਾਂ ਚੀਜ਼ਾਂ ਵਾਸਤੇ ਬਹੁਤ ਲੜਾਈ ਲੜੀ ਸੀਗੀ ਅਤੇ ਜਿਹੜਾ 34 ਸਾਲ ਸਜ਼ਾ ਨਹੀਂ ਕੋਈ ਦੇ ਸਕਿਆ ਉਹ ਆਪਣੀ ਸਰਕਾਰ ਨੇ ਦੇਣ ਦਾ ਕੰਮ ਕੀਤਾ ਸੀ, ਸ਼ੁਰੂਆਤ ਹੋਈ ਹੈ, ਬਾਕੀਆਂ ਨੂੰ ਵੀ ਸਜ਼ਾ ਮਿਲੇ। ਅਤੇ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਜਿਹੜੇ SGPC ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਆਪਣੇ ਸਰਕਾਰ ਦੇ 4 ਸਾਲ ਦੀ ਮਿਹਨਤ ਸਦਕਾ ਪਿਛਲੀ ਕੈਬ 2018 ਦੀ ਗੁਰਪੁਰਬ ਤੋਂ ਪਹਿਲੇ ਸਾਨੂੰ ਇਹ ਤੋਹਫ਼ਾ ਮਿਲਿਆ ਅਤੇ ਹੁਣ ਅਗਲੇ ਗੁਰਪੁਰਬ ਤੋਂ ਪਹਿਲੇ ਅਸੀਂ ਉੱਥੇ ਨਤਮਸਤਕ ਹੋ ਸਕੀਏ, ਇਹਦੇ ਵਾਸਤੇ ਪੂਰਾ ਜ਼ੋਰਦਾਰ। ਸਿਆਸੀ ਵਿਰੋਧੀਆਂ ਦੇ NDA ਦੀ ਸਰਕਾਰ 'ਚ ਆਪਣਾ ਭਰੋਸਾ ਪ੍ਰਗਟਾਇਆ, ਪਰ ਕੈਪਟਨ ਅਮਰਿੰਦਰ ਤੇ ਸਿੱਧੂ ਦਾ ਕਾਡੂ ਕਲੇਸ਼ ਖਤਮ ਨਹੀਂ ਹੋ ਰਿਹਾ? ਜਿਹੜੀ ਸਾਡੀ ਦਿਲੋਂ ਅਰਦਾਸ ਨਿਕਲੀ ਸੀ ਕਿ ਗੁਰੂ ਸਾਹਿਬ ਦੇ ਹਮਲਿਆਂ ਦੇ ਉੱਤੇ ਸਿਆਸਤ ਕਰਨ ਵਾਲੇ ਅਤੇ ਹਮਲੇ ਕਰਨ ਵਾਲੇ ਉਹਨਾਂ ਦਾ ਕੱਖ ਨਾ ਰਹੇ, ਇਹ ਸ਼ੁਰੂਆਤ ਹੈ। ਗੁਰੂ ਸਾਹਿਬ ਨੇ ਕਿਤੇ ਨਾ ਕਿਤੇ ਦਿਲੋਂ ਨਿਕਲੀ ਅਰਦਾਸ ਨੂੰ ਪ੍ਰਵਾਨ ਕੀਤਾ ਹੈ, ਅਜੇ ਸ਼ੁਰੂਆਤ ਹੈ, ਹੌਲੀ ਹੌਲੀ ਦੇਖੋ ਅੱਗੇ ਕੀ ਕੁਝ। ਆਹੀ ਮੈਸੇਜ ਦੇਵਾਂਗੀ ਕਿ ਜਿੱਥੇ ਸਾਰਾ ਦੇਸ਼ ਅੱਜ ਮੋਦੀ ਸਾਹਿਬ ਦੇ ਨਾਲ ਅਤੇ ਉਹਨਾਂ ਦੀ ਨੀਤੀਆਂ ਦੇ ਨਾਲ ਖੜਿਆ ਹੈ ਅਤੇ ਜਿੰਨਾ ਕੁਛ ਗਰੀਬਾਂ ਵਾਸਤੇ ਮਕਾਨ, ਲੈਟਰੀਨਾ, ਗੈਸ ਸਿਲੰਡਰ, 5 ਲੱਖ ਦੇ ਕਾਰਡ, ਇਹ ਜਿਹੜੀ ਸਹੂਲਤਾਂ ਨੇ ਪੰਜਾਬ ਦੇ ਲੋਕ ਸਾਰਿਆਂ ਤੋਂ ਵਾਂਝੇ ਰਹਿ ਰਹੇ ਨੇ, ਕਿਉਂਕਿ ਇੱਥੇ ਦੀ ਕਾਂਗਰਸ ਸਰਕਾਰ ਇਹ ਚੀਜ਼ਾਂ ਆਪਣੇ ਲੋਕਾਂ ਤਾਈਂ ਪਹੁੰਚਣ ਹੀ ਨਹੀਂ ਦੇ ਰਹੀ। ਅੱਜ ਲੋੜ ਹੈ ਕਿ ਤੁਸੀਂ ਇਹੋ ਜਿਹੀ ਕਾਂਗਰਸ ਸਰਕਾਰ ਨੂੰ ਨਿਕਾਰੋ ਜਿਹੜਾ ਨੇ ਆਪ ਵੀ ਝੂਠ ਮਾਰਿਆ ਅਤੇ ਜਿਹੜਾ ਮਿਲਦਾ ਸੀ ਉਹ ਵੀ ਖੋਲ੍ਹਿਆ ਅਤੇ ਜਿਹੜਾ ਮਿਲ ਰਿਹਾ ਉਹ ਵੀ ਰੋਕ ਰਹੇ ਨੇ। ਅਤੇ ਇੱਥੇ ਤਾਂ ਹੀ ਕਿ 5 ਸਾਲ ਮੈਂ ਮੰਤਰੀ ਰਹੀ ਹਾਂ, ਮੇਰੇ ਮਹਿਕਮੇ ਤੋਂ ਹੀ ਕੋਈ ਮਦਦ ਨਹੀਂ ਲਿੱਤੀ ਤਾਂ ਦੂਜਿਆਂ ਤੋਂ ਕੀ ਇਹਨਾਂ ਨੇ ਲਿੱਤੀ ਹੈ? ਇਹ ਸਿਰਫ ਆਪ ਦੇ ਅਯਾਸ਼ੀਆਂ ਕਰਕੇ ਲੁੱਟਣ 'ਚ ਲੱਗੇ ਹੋਏ ਨੇ ਅਤੇ ਨੁਕਸਾਨ ਲੋਕਾਂ ਦਾ ਹੋ ਰਿਹਾ, ਇਹ ਚੀਜ਼ ਲੋਕ ਪਹਿਚਾਨਣ।